ਤਾਂ ਉਹ ਇਹ ਨਹੀਂ ਦੇਖਦਾ ਕਿ ਘਰ ਕਿਹਦਾ ਤੇ ਕਿੱਧਰ ਨੂੰ ਵਹਿ ਰਿਹਾ। ਇੱਕ ਕਬੱਡੀ ਖਿਲਾੜੀ ਦਾ ਘਰ ਹੈ ਜਿੱਥੇ ਮੈਂ ਇਸ ਵੇਲੇ ਮੌਜੂਦ ਹਾਂ, ਪਾਣੀ ਦੇਖ ਸਕਦੇ ਹੋ ਕਿੱਥੋਂ ਤੱਕ ਹੈ। ਇੱਕ ਕਬੱਡੀ ਖਿਲਾੜੀ ਨੇ ਮੇਰੇ ਨਾਲ ਗਿੱਦੜ ਪਿੰਡੀ ਪਿੰਡ ਦੇ ਵਿੱਚ ਆ ਸੀ। ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਆਹ ਥੱਲੇ ਵਾਲਾ ਘਰ ਦਾ ਕਮਰਾ ਹੈ ਜਿੱਥੇ ਡਰਾਇੰਗ ਰੂਮ ਹੈ, ਜਿੱਥੇ ਸਵਿਮਿੰਗ ਪੂਲ ਬਣਿਆ ਹੋਇਆ। ਇਸ ਦੇ ਵਿੱਚ ਜਿਹੜੀਆਂ ਸ਼ੀਲਡਾਂ ਲੱਗੀਆਂ ਇਹ ਤੁਹਾਨੂੰ ਦਿਖਾਉਣ ਲਈ, ਤੁਹਾਨੂੰ ਦੱਸਣ ਲਈ ਕਾਫੀ ਨੇ ਕਿ ਸ਼ਖਸੀਅਤ ਕਿਹੋ ਜਿਹੀ ਹੈ। ਪਰ ਹਾਲਾਤ ਦੇਖ ਲਓ, ਇੱਕ ਗੁਰਜ ਵੀ ਪਈ ਹੈ ਉੱਪਰ, ਸ਼ੀਲਡਾਂ ਉੱਪਰ ਨੇ ਪਰ ਪਾਣੀ ਘਰੇ ਪਹੁੰਚਿਆ, ਮੋਟਰਸਾਈਕਲ ਵੀ ਡੁੱਬਿਆ ਹੋਇਆ, ਅੰਦਰ ਖੜਾ ਸੀ ਇੱਕ ਮੋਟਰਸਾਈਕਲ, ਇਹ ਵੀ ਪੂਰਾ ਡੁੱਬਿਆ ਹੋਇਆ। ਇਹਨਾਂ ਨਾਲ ਗੱਲਬਾਤ ਕਰਦਾ, ਕੀ ਨਾਮ ਕੀ ਹੈ ਜੀ ਤੁਹਾਡਾ ਤੇ ਕਬੱਡੀ ਪਲੇਅਰ ਹੋ ਤੁਸੀਂ? ਹਾਂਜੀ, ਮੇਰਾ ਨਾਂ ਜੀ ਹਰਨੇਕ ਸਿੰਘ ਸੋਢੀ ਆ ਜੀ, ਪਿੰਡ ਮੇਰਾ ਗਿੱਦੜ ਪਿੰਡੀ ਆ ਜੀ। ਮੈਂ ਨਾ ਪਰਮਜੀਤਪੁਰ ਵੱਲੋਂ ਜੀ ਕਬੱਡੀ ਖੇਡਦਾ ਰਿਹਾ, ਮੈਨੂੰ ਜ਼ਿਆਦਾ ਸੋਢੀ ਪਰਮਜੀਤਪੁਰੀਏ ਦੇ ਨਾਂ ਨਾਲ ਜਾਣਦੇ ਲੋਕ। ਹਾਂਜੀ ਸੋਢੀ ਸਾਹਿਬ, ਕਿੰਨੇ ਸਮੇਂ ਤੋਂ ਤੁਸੀਂ ਖੇਡ ਰਹੇ ਹੋ ਤੇ ਨਾਲੇ ਹੁਣ ਜਿਹੜਾ ਪਾਣੀ ਆਇਆ ਕੋਈ ਸਰਕਾਰਾਂ ਆਈਆਂ ਕੋਈ ਸੁੱਧ ਲੈਣ ਵਾਸਤੇ ਤੁਹਾਡੀ? ਭਾਜੀ ਮੈਂ ਨਾ 10 ਦੇ ਵਿੱਚ ਕਬੱਡੀ ਸ਼ੁਰੂ ਕੀਤੀ ਸੀਗੀ, ਤੇ ਜੇ ਤੁਸੀਂ ਗੱਲ ਕਰਦੇ ਸਰਕਾਰਾਂ ਦੀ, ਸਰਕਾਰਾਂ ਸਿਰਫ ਆਉਣਾ ਵੋਟਾਂ ਵੇਲੇ ਹੀ ਆਉਂਦੀਆਂ ਵਾ, ਤੇ ਜਦੋਂ ਕਿਸੇ ਜ਼ਿਮੀਂਦਾਰ ਨੂੰ ਲੋੜ ਪੈਂਦੀ ਆ ਉਦੋਂ ਤਾਂ ਭਾਜੀ ਕੋਈ ਨਹੀਂ ਬੋੜਦਾ, ਠੀਕ ਆ ਜੀ। ਤੇ ਇੱਥੇ ਕੋਈ ਸਰਕਾਰ ਨਹੀਂ ਆਈ ਆ, ਮੀਡੀਆ ਵਾਲੇ ਕੱਲ੍ਹ ਵੀ ਆਏ ਸੀਗੇ ਤੇ ਅੱਜ ਵੀ ਆਏ ਆ, ਤੇ ਅਸੀਂ ਤੇ ਚੱਲ ਫੇਰ ਵੀ ਰੋਡ ਦੇ ਨਾਲ ਲੱਗਦੇ ਹਾਂ, ਅਸੀਂ ਰੋਟੀ ਪਾਣੀ ਜਿੱਦਾਂ ਚੱਲੀ ਜਾਂਦਾ ਕੋਠਿਆਂ 'ਤੇ ਬਣਦਾ, ਸ਼ਾਇਦ ਦੇਖਿਆ ਹੋਵੇ ਤੁਸੀਂ। ਅਤੇ ਜਿਹੜੇ ਅਗਲੇ ਪਿੰਡ ਆ ਜੀ ਲੀਹ ਤੋਂ ਗਾਂਹ ਵਾਲੇ ਡੇਰੇ ਆ ਜਿਹੜੀ, ਉਹਨਾਂ ਦੇ ਮਾੜੇ ਹਾਲਾਤ ਆ, ਉਹਨਾਂ ਦੇ ਜਵਾਕ ਵੀ ਉੱਥੇ ਆ, ਨਾ ਉਹਨਾਂ ਵਾਸਤੇ ਕੋਈ ਵੋਟ ਪਹੁੰਚੀ ਆ, ਨਾ ਕੋਈ ਉਹਨਾਂ ਵਾਸਤੇ ਕੋਈ ਸਹੂਲਤ ਪਹੁੰਚੀ ਆ ਵੀ ਖਾਣ ਪੀਣ ਵਾਸਤੇ, ਉਹ ਕੋਠਿਆਂ 'ਤੇ ਬੈਠੇ, ਨਾ ਕੋਈ ਤਰਪਾਲਾਂ ਦਾ ਇੰਤਜ਼ਾਮ, ਕੋਈ ਪ੍ਰਸ਼ਾਸਨ ਵੱਲੋਂ ਇਹੋ ਜਿਹਾ ਕੋਈ ਇੰਤਜ਼ਾਮ ਨਹੀਂ ਹੋਇਆ ਵੀ ਜਿਹੜਾ ਅਜੇ ਤੱਕ ਜਾਂ ਪਿੱਛਿਓਂ ਤੋੜ ਵੀ ਬੰਦ ਹੋ ਸਕੇ ਅਤੇ ਗਾਂ ਜਿਹੜਾ ਪਾਣੀ ਹੋਰ ਨੁਕਸਾਨ ਹੁੰਦਾ ਹੋਰ ਅਗਾੜਲੇ ਪਿੰਡਾਂ ਦਾ ਉਹ ਰੋਕਿਆ ਜਾਵੇ। ਫਿਲਹਾਲ ਹੁਣ ਜਿਹੜਾ ਪਾਣੀ ਪਹੁੰਚਿਆ ਹੈ, ਤਸਵੀਰਾਂ ਅਸੀਂ ਲਗਾਤਾਰ ਦਿਖਾਈ ਰਹੇ ਹਾਂ ਕਿ ਪਾਣੀ ਦੇਖ ਲਓ ਗੋਡਿਆਂ ਤੋਂ ਵੀ ਉੱਪਰ ਹੋ ਗਿਆ ਪਾਣੀ, ਘਰਾਂ ਦੇ ਵਿੱਚ ਗੋਡਿਆਂ ਤੋਂ ਉੱਪਰ ਪਾਣੀ ਚਲਾ ਗਿਆ। ਪਰ ਹੋਰ ਜਿਹੜੇ ਪਿੰਡ ਨੇ ਨੀਵੇਂ ਪਿੰਡ ਹੈ ਉਹਨਾਂ ਦੇ ਵਿੱਚ ਵੀ ਲੋਕ ਕੋਈ ਰਿਸ਼ਤੇਦਾਰ ਜਾਂ ਕੋਈ ਹੈਗਾ, ਸੇਫ ਹੈ ਲੋਕ ਫਿਲਹਾਲ ਉੱਥੇ? ਭਾਜੀ ਮੇਰਾ ਫਰੈਂਡ ਹੀ ਆ, ਜਿੱਦਾਂ ਆਪਣੇ ਜਿੱਦਾਂ ਉਹ ਵੀ ਕਿਸਾਨ ਹੀ ਆ ਅਤੇ ਸਾਬੀ ਭਾਈ ਦੇ ਨਾਂ ਨਾਲ ਵੀ ਜਾਣਦੇ, ਸਾਬੀ ਜੰਮੂ ਕਹਿੰਦੇ ਉਹਨੂੰ। ਅਤੇ ਭਾਜੀ ਉਹਦੇ ਨਾਲ ਮੇਰੀ ਗੱਲ ਹੋਈ ਸੀ ਸਵੇਰੇ ਹੀ, ਉਹ ਕਹਿੰਦਾ ਵੀ ਸਾਡੇ ਪਾਣੀ ਇੱਥੇ ਪੂਰਾ ਵਾ, ਅਸੀਂ ਸਿਰਫ ਕੋਠਿਆਂ 'ਤੇ ਚੜ੍ਹ ਕੇ ਸੇਫ ਹਾਂ, ਅਤੇ ਨਾ ਕੋਈ ਕਹਿੰਦਾ ਇੱਥੇ ਬੋਰਡ ਦਾ ਇੰਤਜ਼ਾਮ ਆ ਕੋਈ ਵੀ, ਇੱਥੇ ਜਵਾਕ ਆ ਜਿਹੜੇ ਛੋਟੇ ਛੋਟੇ ਨਿਆਣੇ ਆ ਉਹਨੂੰ ਪਾਣੀ ਦਾ ਕਰਕੇ ਵੀ ਨੁਕਸਾਨ ਹੋ ਸਕਦਾ ਵੀ, ਮੱਛਰ ਮੁੱਛਰ ਜ਼ਿਆਦਾ ਹੋ ਸਕਦਾ, ਅਤੇ ਕੱਢਣ ਵਾਸਤੇ ਕੋਈ ਕਹਿੰਦੇ ਇੱਥੇ ਬੋਰਡ ਨਹੀਂ ਪਹੁੰਚਿਆ, ਕੋਈ ਕੁਛ, ਕੋਈ ਪ੍ਰਸ਼ਾਸਨ ਹੈ ਨਹੀਂ, ਪ੍ਰਸ਼ਾਸਨ ਵੱਲੋਂ ਕੋਈ ਹੈ ਨਹੀਂ ਸੀ। MLA ਸਾਹਿਬ ਪਹੁੰਚੇ ਇੱਥੇ, ਕੋਈ MP ਸਾਹਿਬ ਪਹੁੰਚਿਆ ਇੱਥੇ? ਕੋਈ ਨਹੀਂ ਭਾਜੀ, ਇਹ ਸਭ ਵੋਟਾਂ ਵੇਲੇ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਸਭ ਵੋਟਾਂ ਵੇਲੇ ਹੀ ਆਉਂਦੇ ਆ, ਅੱਗੇ ਪਿੱਛੋਂ ਭਾਜੀ ਕੋਈ ਨਹੀਂ ਪਹੁੰਚਦਾ ਇੱਥੇ। ਬਿਲਕੁਲ ਪੀਣ ਵਾਲਾ ਪਾਣੀ ਜਿਹੜਾ ਉਹ ਵੀ ਬਿਲਕੁਲ ਖਰਾਬ ਹੋ ਗਿਆ, ਕਿਉਂਕਿ ਲੋਕਾਂ ਦੇ ਘਰਾਂ 'ਚ ਵੀ ਪਾਣੀ ਕਿੰਨਾ ਕਿੰਨਾ ਪਹੁੰਚ ਗਿਆ। ਇਹ ਤਸਵੀਰਾਂ ਹੀ ਬਿਆਨ ਕਰਨ ਵਾਸਤੇ ਕਾਫੀ ਨੇ ਬਿਆਨ ਕਰ ਰਹੀਆਂ ਨੇ ਤਸਵੀਰਾਂ ਕਿ ਹਾਲਾਤ ਕਿੰਨੇ ਮਾੜੇ ਹੋ ਚੁੱਕੇ ਆ। ਲੋਕ ਇਹ ਜਿਹੜਾ ਘਰ ਦੀ ਛੱਤ ਹੈ ਇਸ ਦੇ ਉੱਪਰ ਇਹਨਾਂ ਨੇ ਆਪਦਾ ਪੂਰਾ ਸਮਾਨ ਸ਼ਿਫਟ ਕੀਤਾ, ਦੋ ਮੰਜ਼ਿਲਾ ਘਰ ਹੈ, ਇਸ ਦੇ ਉੱਪਰ ਇਹਨਾਂ ਨੇ ਪੂਰਾ ਆਪਦਾ ਸਮਾਨ, ਚੌਂਕਾ ਚੁੱਲ੍ਹਾ ਅਤੇ ਸਾਰਾ ਜਿਹੜਾ ਰਹਿਣ ਦਾ ਸਮਾਨ ਵੀ ਇਹ ਸਭ ਕੁਛ ਉੱਪਰ ਹੀ ਸ਼ਿਫਟ ਕਰ ਲਿਆ। ਫਿਲਹਾਲ ਜਿਹੜੀਆਂ ਸਥਿਤੀਆਂ ਨੇ, ਹਾਲਾਤ ਨੇ, ਉਹ ਇਹ ਦੱਸਣ ਵਾਸਤੇ ਕਾਫੀ ਨੇ ਕਿ ਗੱਲਾਂ ਸਾਡੇ ਦੇਸ਼ ਦੇ ਲੀਡਰ, ਸਾਡੀਆਂ ਸਰਕਾਰਾਂ ਬਹੁਤ ਵੱਡੀਆਂ ਵੱਡੀਆਂ ਕਰਦੀਆਂ ਨੇ। ਇਲੈਕਸ਼ਨ ਤੋਂ ਪਹਿਲਾਂ ਗੱਲਾਂ ਕੁਝ ਹੋਰ ਹੁੰਦੀਆਂ ਨੇ, ਇਲੈਕਸ਼ਨ ਤੋਂ ਬਾਅਦ ਲੋਕ ਭੁੱਲ ਜਾਂਦੇ ਨੇ। ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਮਿਲਣ ਵਾਸਤੇ ਨਹੀਂ ਆਇਆ ਕੋਈ, ਇਹਨਾਂ ਦਾ ਹਾਲ ਜਾਣਨ ਵਾਸਤੇ ਨਹੀਂ ਆਇਆ ਕੋਈ, ਤਾਂ ਸਾਡਾ ਦੇਸ਼ ਵਾਕਈ ਬਦਲ ਰਿਹਾ। ਇਹ ਹੜ੍ਹ ਦੇ ਹਾਲਾਤਾਂ ਦੇ ਵਿੱਚ ਅਸੀਂ ਜੋ ਹਾਲਾਤ ਉਹਨੂੰ ਦਿਖਾ ਰਹੇ ਹਾਂ, ਇਹਨਾਂ ਦਾ ਕਹਿਣਾ ਇੱਥੇ ਕੋਈ ਇਹਨਾਂ ਦੀ ਸੁੱਧ ਲੈਣ ਵਾਸਤੇ ਨਹੀਂ ਆਇਆ।